ਔਰ ਬਹੁਤ ਜਲਦੀ ਤੁਹਾਨੂੰ ਉਹੀ ਪਿੰਡਾਂ ਦੀਆਂ ਗਲੀਆਂ, ਉਹੀ ਡਾਂਗ ਸੋਟਾ, ਉਹੀ ਬੰਦੂਕਾਂ, ਉਹੀ ਘੋੜੇ, ਸਾਰਾ ਕੁਛ ਦੇਖਣ ਨੂੰ ਮਿਲਣਾ। ਅਤੇ ਪਰ ਇਹ ਮੈਂ ਤੁਹਾਨੂੰ ਕਹਿੰਦਾ ਵੀ ਚੱਲਦਾ ਰਹਿੰਦਾ, ਕਦੇ ਕਹਾਣੀ ਕਿਸ ਤਰ੍ਹਾਂ ਦੀ ਆਉਂਦੀ ਹੈ, ਕਦੇ ਟ੍ਰੈਂਡ ਕਾਲਜ ਲਾਈਫ ਦਾ ਆ ਗਿਆ, ਕਦੇ ਪੇਂਡੂ ਜ਼ਿੰਦਗੀ ਆ ਗਈ, ਕਦੇ ਕੁਛ ਹੋਰ ਆ ਗਿਆ। ਇਹ ਬਦਲਾਵ ਹਮੇਸ਼ਾ ਚੱਲਦੇ ਰਹੇ ਹੈ। ਹਿੰਦੀ ਸਿਨੇਮਾ 'ਚ ਵੀ ਦੇਖ ਲਓ ਤੁਸੀਂ, ਕਦੇ ਕਿਸ ਤਰ੍ਹਾਂ ਦੀ ਇੱਕ ਚੀਜ਼ ਇੱਕ ਵਾਰੀ ਹਿੱਟ ਹੋ ਜਾਏ ਤਾਂ ਉਸ 'ਤੇ ਆਉਣ ਵਾਲੀਆਂ 10 ਫਿਲਮਾਂ ਇੱਕੋ ਟਾਈਪ ਦੀਆਂ ਆਉਣ ਲੱਗ ਜਾਂਦੀਆਂ। ਇਹ ਵੀ ਇੱਕ ਸਾਡਾ ਚੱਲਣ ਹੈ ਇੰਡਸਟਰੀ ਦਾ, ਠੀਕ ਵੀ ਹੈ। ਲੇਕਿਨ ਅੱਜ ਕੱਲ੍ਹ ਨਵੀਂ ਜਨਰੇਸ਼ਨ ਇੰਨੀ ਕੁ ਸਿਆਣੀ ਹੈ, ਉਹ ਸਿਰਫ ਐਂਟਰਟੇਨਮੈਂਟ ਤੱਕ ਹੀ ਮਹਿਦੂਦ ਹੈ ਸਾਰੀਆਂ ਗੱਲਾਂ। ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਗਾਣਾ ਸੁਣ ਕੇ ਅਤੇ ਉੱਥੇ ਕਿਸੇ ਦੇ ਬੰਦੂਕ ਫੜ ਕੇ ਕਿਸੇ ਦੇ ਮਗਰ ਪੈ ਜੂਗਾ, ਇੰਨਾ ਕੁ ਤਾਂ ਕੋਈ ਕਮਲਾ ਲੱਗਦਾ ਨਹੀਂ ਮੈਨੂੰ। ਹੋ ਸਕਦਾ ਕੋਈ ਇੱਕ ਅੱਧੇ ਬੰਦੇ 'ਤੇ ਅਸਰ ਵੀ ਪੈ ਜੇ, ਅਤੇ ਵੈਸੇ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ, ਅੱਛੀ ਚੀਜ਼ ਦੇਈਏ ਅਸੀਂ, ਜੇ ਸਾਡੇ ਕੋਲ ਇਹ ਹੈ ਮੀਡੀਆ, ਤਾਂ ਜੇ ਕੋਈ ਆਪਣੇ ਕਮਾਈ ਦੇ ਨਾਲ ਨਾਲ ਅਸੀਂ ਕੋਈ ਆਵਾਮ ਨੂੰ ਕੋਈ ਚੰਗਾ ਮੈਸੇਜ ਦੇ ਦਈਏ, ਸਾਡੇ ਵੱਲੋਂ ਇੱਕ ਸੇਵਾ ਵੀ ਹੋ ਜੂ। ਕਿਰਦਾਰ ਤਾਂ ਜੀ ਇਹਦੇ ਵਿੱਚ ਪ੍ਰੋਫੈਸਰ ਦਾ, ਔਰ ਕੌਮੇਡੀ ਟੱਚ ਹੈ ਇਸ ਕਿਰਦਾਰ ਦਾ, ਇਸ ਤਰ੍ਹਾਂ ਦਾ ਸ਼ੇਡ ਹੈ। ਔਰ ਖਾਸ ਤੌਰ 'ਤੇ ਇਸ ਫਿਲਮ ਦੇ ਵਿੱਚ ਇੱਕ ਮੈਸੇਜ ਹੈ, ਦੋ ਤਿੰਨ ਤਰ੍ਹਾਂ ਦੇ ਮੈਸੇਜ ਹੈ। ਇੱਕ ਤਾਂ ਆਪਣੀ ਜ਼ੁਬਾਨ ਨੂੰ ਪਿਆਰ ਕਰਨਾ ਚਾਹੀਦਾ। ਬਾਹਰਲੇ ਮੁਲਕ ਤੋਂ ਇੱਕ ਲੜਕੀ ਆਉਂਦੀ ਹੈ ਸਿਰਫ ਪੰਜਾਬੀ ਸਿੱਖਣ ਵਾਸਤੇ, ਔਰ ਬੱਚਿਆਂ ਨੂੰ ਪ੍ਰੋਫੈਸਰ ਦੌਰਾ ਜੋ ਮੈਂ ਕਿਰਦਾਰ ਕਰ ਰਿਹਾ, ਸਾਰਿਆਂ ਨੂੰ ਕਹਿੰਦਾ ਹੈ ਕਿ ਦੇਖੋ ਇਹ ਲੜਕੀ ਵਲੈਤੋਂ ਚੱਲ ਕੇ ਪੰਜਾਬੀ ਸਿੱਖਣ ਆਈ ਹੈ, ਤੁਸੀਂ ਇੱਥੇ ਰਹਿ ਕੇ ਵੀ ਕਈ ਦਫ਼ਾ ਪੰਜਾਬੀ ਨਹੀਂ ਬੋਲਦੇ, ਸ਼ਰਮ ਵਾਲੀ ਗੱਲ ਹੈ। ਔਰ ਨਸ਼ਿਆਂ ਤੋਂ ਵੀ ਪਰਹੇਜ਼ ਰੱਖਣ ਵਾਸਤੇ ਇਸ ਫਿਲਮ ਦੇ ਵਿੱਚ ਮੈਸੇਜ ਹੈ। ਇਸ ਤਰ੍ਹਾਂ ਅਲੱਗ ਅਲੱਗ ਥਾਵਾਂ 'ਤੇ ਅਲੱਗ ਅਲੱਗ ਤਰ੍ਹਾਂ ਦੇ ਮੈਸੇਜ ਮਿਲਣਗੇ ਜੀ, ਇਹ ਚੰਗੀ ਗੱਲ ਹੈ। ਐਂਟਰਟੇਨਮੈਂਟ ਤਾਂ ਮੇਨ ਗੱਲ ਫਿਲਮ ਦੀ ਹੁੰਦੀ ਹੈ, ਉਹ ਤਾਂ ਹੈ ਹੀ ਹੈ। ਫਿਲਮ ਦਾ ਨਾਂ ਹੈ ਜੀ ਕਿੰਨਾ ਕਰਦੇ ਹਾਂ ਪਿਆਰ।